ਮੌਕੇ ਤੇ ਹਾਜ਼ਰ ਸਾਰੇ ਸੱਜਣਾਂ ਨੂੰ ਅਦਾਬ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਹਤ ਕੋਈ ਠੀਕ ਨਹੀਂ ਹੈ, ਇਹਦੇ ਕਰਕੇ ਜੇ ਨਾ ਸਹੀ ਤਰੀਕੇ ਨਾਲ ਆਪਦੀਆਂ ਗੱਲਾਂ ਜਿਹੜੀਆਂ ਨੇ ਉਹ ਬਿਆਨ ਕਰ ਸਕਾਂ ਮੈਂ, ਬਾਕੀ ਪਹਿਲੇ ਮਨ ਚ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਸ ਵਾਰ ਇੱਕ ਵੱਖਰਾ ਜੋਸ਼ ਤੇ ਵੱਖਰਾ ਜਿਹੜਾ ਕਹਿ ਲਓ ਨਾ ਮਾਹੌਲ ਸਾਰੀ ਕੌਮ ਦੇ ਵਿੱਚ ਬਣਿਆ ਜਦੋਂ 550ਵੇਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਉੱਤੇ ਕਰਤਾਰਪੁਰ ਸਾਹਿਬ ਦਾ ਰੰਗਾ ਜਿਹੜਾ ਉਹ ਖੋਲਿਆ ਗਿਆ। ਹਰ ਵਰੇ ਜਿੱਥੇ ਪਾਕਿਸਤਾਨ ਆਉਂਦੇ ਨੇ, ਜਦੋਂ ਵੀ ਕੋਈ ਸਾਡੇ ਤਿਉਹਾਰ ਹੁੰਦੇ ਨੇ, ਚਾਹੇ ਉਹ ਵਿਸਾਖੀ ਹੋਵੇ, ਚਾਹੇ ਗੁਰੂ ਨਾਨਕ ਪੁਰਬ ਹੋਵੇ, ਜਾਂ ਜਦੋਂ ਕਦੇ ਵੀ ਮੌਕਾ ਮਿਲਦਾ, ਪਰ ਬਹੁਤੀ ਵਾਰ ਜਦੋਂ ਜਿੱਥੇ ਆਉਂਦੇ ਨੇ ਉਹ ਸਰਕਾਰਾਂ ਦੇ ਉੱਤੇ, ਸਮੇਂ ਦੀਆਂ ਸਰਕਾਰਾਂ ਦੇ ਉੱਤੇ ਨਿਰਭਰ ਕਰਦਾ ਕਿ ਉਹਨਾਂ ਦੀ ਇਜਾਜ਼ਤ ਆ ਜਿਹੜੀ ਪ੍ਰਵਾਨਗੀ ਹੈ ਕਿੰਨੇ ਕੁ ਬੰਦਿਆਂ ਨੂੰ ਮਿਲਦੀ ਹੈ, ਕਿੰਨਿਆਂ ਨੂੰ ਨਹੀਂ। ਮੈਂ ਆਸਟ੍ਰੇਲੀਆ 2002 ਦੇ ਵਿੱਚ ਆਇਆ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਰਹਿੰਦਾ ਸੀ ਅਤੇ ਪੰਜਾਬ ਦੇ ਵਿੱਚ ਪਿਛਲੇ ਜਾਣੀ ਕਿ ਜਦੋਂ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਆਖਰੀ 15 ਵਰੇ ਪੰਜਾਬ ਦੇ ਵੱਖ ਵੱਖ ਅਖਬਾਰਾਂ ਦੇ ਵਿੱਚ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਬਤੌਰ ਪੱਤਰਕਾਰ। ਹਿੰਦ ਸਮਾਚਾਰ ਗਰੁੱਪ ਤੋਂ ਬਿਨਾਂ ਮੈਂ ਲਗਭਗ ਸਾਰੇ ਛੋਟੇ ਵੱਡੇ ਅਖਬਾਰਾਂ ਉੱਤੇ ਕੰਮ ਕੀਤਾ। ਮੇਰੀ ਪਾਕਿਸਤਾਨ ਆਉਣ ਦੀ ਤਮੰਨਾ ਜਿਹੜੀ ਆ ਇੱਥੇ ਆ ਕੇ ਤੁਹਾਡੇ ਸਾਰਿਆਂ ਦੇ, ਯਾਨੀ ਕਿ ਮੇਰੇ ਉਹ ਭਾਈਚਾਰੇ ਦੇ ਜਿਹੜਾ ਸਰਹੱਦ ਦੇ ਉਸ ਪਾਰ ਜਿਹਨੂੰ ਆਪਾਂ ਲਹਿੰਦਾ ਪੰਜਾਬ ਕਹਿੰਦੇ ਵੱਸਦਾ, ਇਹ ਮੇਰੀ 7ਵੀਂ ਜਮਾਤ ਤੋਂ ਮੈਨੂੰ ਪੈ ਗਈ ਸੀ। ਮੇਰੇ ਨੇੜੇ ਪਿੰਡ ਅਖਾੜਾ ਵਾ, ਉੱਥੇ ਅਖਾੜੇ ਦੇ ਖੂਨ ਦੀ ਸਰਹੱਦ ਨਹਿਰ ਲੰਘਦੀ ਆ। ਉੱਥੇ ਇੱਕ ਨਹਿਰੀ ਵਿਸ਼ਰਾਮ ਘਰ ਆ ਜਿੱਥੇ ਕਿਸੇ ਵੇਲੇ ਬਾਬੂ ਰਾਜਬਲੀ ਨੌਕਰੀ ਕਰਿਆ ਕਰਦੇ ਸਨ, ਤੇ ਬਾਬੂ ਰਾਜਬਲੀ ਉਹਨਾਂ ਦੀ ਯਾਦ ਦੇ ਵਿੱਚ ਇੱਕ ਪਾਕਿਸਤਾਨ ਦੇ ਵਿੱਚ, ਮੈਨੂੰ ਨਹੀਂ ਪਤਾ ਸੀ ਉਦੋਂ ਤੱਕ ਬਾਬੂ ਰਾਜਬਲੀ ਕੌਣ ਨੇ, 7ਵੀਂ ਤੱਕ ਪੜ੍ਹਦੇ ਹਾਂ ਜਾਂ ਉਹਨਾਂ ਨੇ ਕੀ ਸਿਰਜਿਆ ਕੀ ਲਿਖਿਆ, ਉਹਨਾਂ ਦੀ ਯਾਦ ਦੇ ਵਿੱਚ ਇੱਕ ਪਾਕਿਸਤਾਨ ਦੇ ਵਿੱਚ ਸੰਸਥਾ ਬਣੀ ਹੋਈ ਸੀ ਤੇ ਜਿਹਦੇ ਮੁਖੀ ਸੀ ਜਿਹੜੇ ਅਲੀ ਨਵਾਜ਼, ਉਹ ਸਾਡੇ ਪਿੰਡ ਦੇ ਸੀ, ਮੈਨੂੰ ਨਹੀਂ ਉਦੋਂ ਤੱਕ ਪਤਾ ਸੀ। ਉਹ ਪਿੰਡ ਵਾਲਿਆਂ ਵੱਲੋਂ ਪਿੰਡ ਸੱਦੇ ਗਏ ਮੇਰੇ ਪਿੰਡ ਰੂਮੀ ਦੇ ਵਿੱਚ, ਜਿਹੜਾ ਕਿ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਗਰਾਓਂ ਤੋਂ ਰੈਕੋਟ ਨੂੰ ਜਾਂਦਿਆਂ ਰਸਤੇ 'ਚ ਪੈਂਦਾ, ਉੱਥੇ ਸੱਦੇ ਗਏ। ਤਾਂ ਉਹ ਡੈਡੀ ਹੁਣ ਮੇਰੇ ਜਿਹੜੇ ਕਿ ਪਿਤਾ ਜੀ ਨੂੰ ਸਰਦਾਰ ਜਸਵੰਤ ਸਿੰਘ, ਜਿਹੜੇ ਕਿ ਹੁਣ ਸਾਡੇ ਵਿੱਚ ਨਹੀਂ ਹੈ, ਗੁਰੂ ਪਿਆਰੇ ਹੋ ਚੁੱਕੇ ਨੇ, ਉਹਨਾਂ ਦੇ ਨਾਲ ਉਹਨਾਂ ਦੀ ਬਚਪਨ ਦੀ ਸਾਂਝ ਸੀ। ਤਾਂ ਉਹਨਾਂ ਦਾ ਮੇਰੇ ਘਰੇ ਆਉਣਾ ਜਾਣਾ ਹੋਇਆ ਤਾਂ ਸਾਡੇ ਪਿੰਡ ਦੇ ਵਿੱਚ ਕਵੀ ਦਰਬਾਰ ਹੋਇਆ। ਤਾਂ ਉਦੋਂ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਜਿਹੜਾ ਅਸੀਂ ਛੋਟੇ ਹੁੰਦੇ ਆ ਸੁਣਦੇ ਰਹੇ ਹਾਂ ਕਵਿਸ਼ਰੀ, ਮਾਂ ਝੋਰੇ ਝੁਰਦੀ ਹੈ ਲਾਲ ਵਾਲੇ ਬਾਗ ਕੁਸ਼ਲ ਵਿੱਚ ਲੈ ਕੇ ਬਾਬੂ ਰਾਜਬਲੀ ਹੋਰਾਂ ਦੀ ਲਿਖੀ ਆ। ਉਦੋਂ ਮੇਰੇ ਮਨ ਦੇ ਵਿੱਚ ਤਮੰਨਾ ਪੈਦਾ ਹੋਈ ਕਿ ਮੈਂ ਪਾਕਿਸਤਾਨ ਦੇਖਣਾ ਚਾਹੁੰਦਾ, ਵੀ ਉੱਧਰਲਾ ਪੰਜਾਬ ਦੇਖਣਾ ਚਾਹੁੰਦਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਸਵੇਰੇ ਸ਼ਾਮ ਜੋ ਅਰਦਾਸ ਕਰਦੇ ਹਾਂ ਉਹਦੇ ਵਿੱਚ ਗੱਲ ਕਰਦੇ ਹਾਂ ਕਿ 47 ਦੇ ਵਿੱਚ ਜਿਹੜੇ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਕ ਦਾਰੇ ਬਖਸ਼ੀ, ਪਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਜੋ ਵੀ ਕਰਦੇ ਹਾਂ, ਤੇ ਉਹ ਹਰ ਸਿੱਖ ਕਰਦਾ। ਤੇ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਸੁਚੇਤ ਮਨ ਦੇ ਵਿੱਚ ਉਹ ਗੱਲ ਪਈ ਆ। ਤੇ ਜਦੋਂ ਮੈਂ ਹਿੰਦੁਸਤਾਨ ਟਾਈਮ ਦਾ ਕੰਮ ਕਰਦਾ ਸੀ ਤਾਂ ਖਾਲਸੇ ਦਾ 300 ਸਾਲਾ ਦਿਹਾੜਾ ਆਇਆ 1999। ਉਹਨਾਂ ਦਿਨਾਂ ਦੇ ਵਿੱਚ ਸਰਦਾਰ ਕਮਲ ਸਿੰਘ ਸੰਧੂ ਹਿੰਦੁਸਤਾਨ ਟਾਈਮ ਦੇ ਐਡੀਟਰ ਸੀ ਤੇ ਸਾਡੇ ਸੀਨੀਅਰ ਕੋਰਸਪੋਂਡੈਂਟ ਸੀਗੇ ਅਮਿਤ ਸ਼ਰਮਾ, ਉਹਨਾਂ ਨੇ ਮੈਨੂੰ ਸੱਦਿਆ ਦਫ਼ਤਰ ਤੇ ਕਿਹਾ ਵੀ ਅਸੀਂ ਪਾਕਿਸਤਾਨ ਵਾਲੀ ਟੀਮ ਉੱਥੇ ਜਾਣਾ, ਹਿੰਦੁਸਤਾਨ ਤੋਂ ਜਿੱਤਾ ਜਾਣਾ, ਉਹਦੇ ਨਾਲ ਟੀਮ ਭੇਜਣੀ ਹਿੰਦੁਸਤਾਨ ਟਾਈਮ ਦੀ, ਤੇ ਐਡੀਟਰ ਸਾਹਿਬ ਚਾਹੁੰਦੇ ਨੇ ਵੀ ਅਮਿਤ ਸ਼ਰਮੇ ਦੇ ਨਾਲ ਤੂੰ ਜਾਵੇ। ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਬੜੀ ਚਾਈ ਚਾਈ ਆਪਦਾ ਪਾਸਪੋਰਟ ਸਬਮਿਟ ਕਰਾਤਾ। ਆਈਬੀ ਦੀਆਂ ਨਵੀਆਂ ਮੁਲਾਕਾਤਾਂ ਵੀ ਮੇਰੇ ਨਾਲ ਹੋਈਆਂ, ਪੁੱਛ ਪੜਤਾਲ ਵੀ ਹੋਈ, ਪਰ ਉਹ ਜੱਥਾ ਹੀ ਸਿਰੇ ਨਹੀਂ ਚੜਿਆ। ਜਦ ਨੂੰ ਸਰਕਾਰਾਂ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਬਦਲ ਗਿਆ, ਮੈਨੂੰ ਪੂਰਾ ਯਾਦ ਨਹੀਂ। ਉਹ ਜਿਹੜੀ ਬੈਂਚ ਸੀ ਉਸ ਵੇਲੇ ਪ੍ਰਧਾਨ ਮੰਤਰੀ ਦੀ ਹਿੰਦੁਸਤਾਨ ਦੇ ਹੋਣੀ, ਉਹ ਇੱਥੇ ਕੈਂਸਲ ਹੋ ਗਈ। ਚਲੋ ਇਹ ਤਾਂ ਸੀ ਪਿਛੋਕੜ ਵੀ ਪਾਕਿਸਤਾਨ ਦੇ ਨਾਲ ਜਿਹੜੀ ਸਾਡੀ ਸਾਂਝ ਦੀ ਗੱਲ ਆ ਵੀ ਕਿਸ ਤਰ੍ਹਾਂ ਅਸੀਂ ਮਹਿਸੂਸ ਕਰਦੇ ਹਾਂ ਸਾਰੇ ਜਿਹੜੇ ਉੱਥੇ ਵੱਸਦੇ ਹਾਂ ਕਿ ਸਾਡਾ ਜਿਹੜਾ ਲਹਿੰਦੇ ਪਾਸੇ ਰਹਿੰਦਾ ਭਾਈਚਾਰਾ ਉਹਦੇ ਨਾਲ ਸਾਡੀ ਸਾਂਝ ਆ ਗਈ, ਸਾਡਾ ਆਪਣਾ ਤਾਂ ਸਾਡਾ ਜਿਹੜਾ ਸਨੇਹ ਆ। ਹੁਣ ਜਦੋਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ, 550ਵੇਂ ਦਿਹਾੜੇ ਦੀ ਗੱਲ ਤੁਰੀ ਤਾਂ ਪਤਾ ਲੱਗਿਆ ਕਿ ਸਰਜੀਤ ਸਿੰਘ ਹੋਰੀ ਜੱਥਾ ਲੈ ਕੇ ਆ ਰਹੇ ਨੇ। ਉਦੋਂ ਪਹਿਲਾਂ ਵੀਰ ਅਮਨਦੀਪ ਸਿੰਘ ਹੋਰੀ ਆਏ ਨੇ ਹੈਪੀ ਕਾਉਂਟ, ਇੱਕ ਵੀਰ ਆ ਸਾਡਾ, ਉੱਥੋਂ ਜੱਥਾ ਲਗਾਤਾਰ ਆਸਟ੍ਰੇਲੀਆ ਤੋਂ ਇੱਥੇ ਲੈ ਕੇ ਆ ਰਿਹਾ ਤੇ ਗੱਲ ਤੁਰੀ ਵੀ ਜਾਣਾ ਜੱਥੇ ਦੇ ਵਿੱਚ, ਤੇ ਮੈਂ ਸਿੱਧਾ ਇੱਥੇ ਆਉਣਾ ਚਾਹੁੰਦਾ। ਯਾਨੀ ਕਿ ਮੇਰਾ ਥੋੜ੍ਹਾ ਜਿਹਾ ਅਨੁਭਵ ਇੱਦਾਂ ਦਾ ਹੋ ਵੀ ਉੱਥੇ ਦਿੱਲੀ ਵਾਲੇ ਮੈਨੂੰ ਘੱਟ ਬਰਦਾਸ਼ਤ ਕਰਦੇ ਆ, ਤੇ ਮੈਂ ਦੇਖਦਾ ਸੀ ਉਹ ਜੱਥਾ ਕਿਹੜਾ ਵਾ ਜਿਹੜਾ ਇੱਥੇ ਆ ਕੇ ਸਿੱਧਾ ਉਹਦੇ ਨਾਲ ਜਾ ਕੇ ਪਾਕਿਸਤਾਨ ਆ ਕੇ ਸਾਨੂੰ ਪਹਿਲਾਂ ਦਰਸ਼ਨ ਕਰ ਸਕਣ। ਤਾਂ ਆਉਂਦਾ ਹੋਇਆ ਤੇ ਜਦੋਂ ਅਸੀਂ ਬੈਂਕੌਕ ਹਵਾਈ ਅੱਡੇ ਦੇ ਉੱਤੇ ਆਪਦਾ ਜਹਾਜ਼ ਵਧਣ ਲੱਗੇ ਤੇ ਇੱਕ ਬੀਬੀ ਜਿਹਦੇ ਨਾਲ ਛੋਟੇ ਛੋਟੇ ਬੱਚੇ ਸੀ, ਮੈਂ ਉੱਥੇ ਕੌਫੀ ਦੀ ਦੁਕਾਨ ਦੇ ਉੱਤੇ ਲਾਈਨ ਦੇ ਵਿੱਚ ਖੜਾ ਵਾ ਕੌਫੀ ਲੈਣ ਵਾਸਤੇ, ਉਹ ਆਈ
ਤੇ ਉਹ ਆ ਕੇ ਸਾਨੂੰ ਮੈਨੂੰ ਬੁਲਾ ਕੇ ਪਤੇ ਬੁਲਾ ਕੇ ਕਹਿੰਦੀ ਕਹਿੰਦੀ ਵੀ ਤੁਸੀਂ ਤਾਂ ਐਤਕੀ ਨਵੰਬਰ ਦੇ ਵਿੱਚ ਨਨਕਾਣਾ ਸਾਹਿਬ ਨਹੀਂ ਆਉਣਾ ਸੀਗਾ। ਮੈਂ ਕਿਹਾ ਭਾਈ ਉੱਥੇ ਚੱਲੇ ਆ ਜਹਾਜ਼ ਬਦਲਣ ਲਈ ਇੱਥੇ ਰੁਕੇ ਆ। ਕਹਿੰਦੀ ਮੇਰੇ ਘਰ ਦੇ ਮੈਨੂੰ ਰੋਜ਼ ਪੁੱਛਦੇ ਨੇ ਫੋਨ ਕਰਕੇ ਜਿਹੜੇ ਤੇਰੇ ਨਾਲ ਕੰਮ ਕਰਦੇ ਨੇ ਇੱਥੇ ਉਹ ਸਿੱਖ ਆ ਰਹੇ ਨੇ ਕਿ ਨਹੀਂ ਆ ਰਹੇ। ਕਹਿੰਦੀ ਸਾਡੇ ਲੋਕ ਤੁਹਾਡੇ ਸਵਾਗਤ ਦੇ ਲਈ ਤਿਆਰ ਬੈਠੇ ਨੇ, ਉਹਨਾਂ ਨੂੰ ਬਹੁਤ ਚਾਅ ਵਾ ਕਿ ਉਹ ਇੱਥੇ ਆਉਣਗੇ। ਫਿਰ ਜਦੋਂ ਇਸਲਾਮਾਬਾਦ ਏਅਰਪੋਰਟ ਦੇ ਉੱਤੇ ਉਤਰੇ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਉੱਥੇ ਮਾਣ ਸਨਮਾਨ ਮਿਲਿਆ, ਉਹ ਜਿਹੜੀ ਕਿ ਉਹਦਾ ਜ਼ਿਕਰ ਹੈ ਜਿਹੜਾ ਸ਼ਬਦਾਂ ਦੇ ਵਿੱਚ ਨਹੀਂ ਕੀਤਾ ਜਾ ਸਕਦਾ। ਇੱਕ ਘਟਨਾ ਜਿਹੜੀ ਜ਼ਰੂਰ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ। ਦੇਖੋ ਜਿੱਥੇ ਵੀ ਗਏ ਹਾਂ ਭਾਈਚਾਰੇ ਨੇ ਇੱਥੋਂ ਦੇ ਨੇ ਬਹੁਤ ਮਾਣ ਸਨਮਾਨ ਦਿੱਤਾ, ਸਤਿਕਾਰ ਕੀਤਾ। ਪਰ ਜਿਹੜੀ ਇੱਕ ਗੱਲ ਹੋਰ ਜਿਹੜੀ ਮੈਂ ਜਿਹੜੀ ਕਿ ਮੈਨੂੰ ਜਿਹੜੀ ਹਮੇਸ਼ਾ ਯਾਦ ਰਹਿਣੀ ਆ, ਐਤਵਾਰ ਵਾਲੇ ਦਿਨ ਅਸੀਂ ਜਿਹੜੇ ਲਾਹੌਰ ਦੇ ਸਥਾਨਕ ਗੁਰੂ ਘਰ ਨੇ ਉਹਨਾਂ ਦੇ ਵਿੱਚ ਜਾ ਕੇ ਦਰਸ਼ਨ ਕਰ ਰਹੇ ਸੀ ਨੇੜੇ ਦੇ ਗੁਰੂ ਘਰਾਂ 'ਚ। ਤਾਂ ਜਿਵੇਂ ਇੱਥੇ ਈਦ, ਜੇ ਮੈਂ ਸ਼ਬਦ ਗਲਤ ਬੋਲ ਰਿਹਾ ਮਾਫ਼ੀ ਮੰਗਦਾ, ਈਦ ਮਿਲਾਦੁਨ ਨਬੀ ਦਾ ਦਿਹਾੜਾ ਸੀ ਉਸ ਦਿਨ, ਤੇ ਮੁਸਲਮਾਨ ਭਾਈਚਾਰੇ ਵੱਲੋਂ ਜਿਹੜਾ ਜਿਵੇਂ ਆਪਾਂ ਜਲੂਸ ਕੱਢਦੇ ਹਾਂ ਉਹ ਜਲੂਸ ਦੀ ਸ਼ਕਲ ਦੇ ਵਿੱਚ ਆਪਦੇ ਜਾਣੀ ਕਿ ਪੈਗੰਬਰ ਨੂੰ ਸਤਿਕਾਰ ਦਿੱਤਾ ਜਾ ਰਿਹਾ ਸੀ, ਇਬਾਦਤ ਕੀਤੀ ਜਾ ਰਹੀ ਸੀ। ਤਾਂ ਅਸੀਂ ਉਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਆਏ ਤਾਂ ਉਸ ਵੇਲੇ ਉੱਥੇ ਜਿਹੜਾ ਜਲੂਸ ਲੰਘ ਰਿਹਾ ਸੀ, ਜਿਵੇਂ ਸਿਕਿਉਰਿਟੀ ਵਾਲਿਆਂ ਨੂੰ ਫਿਕਰ ਆਉਂਦਾ, ਉਹਨਾਂ ਨੇ ਸਾਨੂੰ ਕਵਰ ਕਰਕੇ ਸਾਈਡ ਤੇ ਕਰਨ ਦਾ ਯਤਨ ਕੀਤਾ ਵੀ ਜਲੂਸ ਵਾਲੇ ਲੰਘ ਲੈਣ, ਤੁਸੀਂ ਸਾਈਡ ਤੇ ਮਿਲੋ, ਕਿਉਂ ਪੂਰੇ ਸਾਰੇ ਜਲੂਸ ਵਾਲੇ ਜੋਸ਼ੋ ਖਰੋਸ਼ ਦੇ ਵਿੱਚ ਝੰਡੇ ਚੱਕੇ ਹੋਏ ਨੇ, ਜਕਾਰੇ ਕਰਾਉਂਦੇ ਅੱਗੇ ਲੰਘ ਰਹੇ ਨੇ। ਪਰ ਜਦੋਂ ਉਹਨਾਂ ਨੇ ਸਾਨੂੰ ਦੇਖਿਆ, ਉਹਨਾਂ ਨੇ ਸਾਨੂੰ ਘੇਰ ਲਿਆ, ਸਾਡੇ ਨਾਲ ਝੰਡੇ ਫੜਾ ਕੇ ਸਾਡੇ ਨਾਲ ਗੱਲਬਾਤ ਕਰਨ ਲੱਗ ਗਏ। ਜਲੂਸ ਵਾਲੇ ਲੋਕਾਂ ਨੇ ਉਹਦੀ ਵੀਡੀਓ ਵੀ ਦੇਖੋ ਆਮ ਤੌਰ ਦੇ ਉੱਤੇ ਮੈਂ ਲਿਖ ਕੇ ਨਹੀਂ ਬੋਲਦਾ, ਨਾ ਮੇਰੇ ਉਦਾਂ ਨੂੰ ਬੋਲਣ ਦੀ ਆਦਤ ਆ, ਪਰ ਅੱਜ ਹਾਲਾਤ ਨਾ ਹੋਣ ਕਰਕੇ ਸਿਹਤ ਦੇ ਮੈਂ ਹੁਣ ਵੀ ਕਾਫੀ ਤੰਗ ਸੀਗਾ ਸਿਹਤ ਪੱਖੋਂ, ਰਾਤ ਦਾ ਥਕਾਵਟ ਕਾਰਨ ਮਾਈਗ੍ਰੇਨ ਹੋਇਆ, ਹੋਰ ਪ੍ਰੋਬਲਮਾਂ ਚੱਲ ਰਹੀਆਂ ਨੇ, ਬਾਕੀ ਉਮਰ ਦਾ ਵੀ ਹਿਸਾਬ ਕਿਤਾਬ ਉਹਦੇ ਨਾਲ ਵੀ ਹੁਣ 50 ਨੂੰ ਟੱਪ ਗਏ ਆ। ਤੇ ਉਹਦੇ ਬਾਰੇ ਮੈਂ ਜਿਹੜੀ ਗੱਲਬਾਤ ਆ, ਜਿਹੜੀ ਮੇਰਾ ਵਿਸ਼ਾ ਵਾ, ਮੈਂ ਬੋਲੀ ਦੇ ਬਾਰੇ, ਪੰਜਾਬੀ ਬੋਲੀ ਦੇ ਬਾਰੇ ਜਿਹੜੀ ਗੱਲਬਾਤ ਆ ਉੱਥੇ ਸੀਮਿਤ ਰੱਖੂੰਗਾ, ਤੇ ਕੋਸ਼ਿਸ਼ ਕਰੂੰਗਾ ਜਿਹੜਾ ਮੇਰਾ ਖੇਤਰ ਆ ਮਾਸ ਮੀਡੀਆ ਦਾ, ਮਾਸ ਕਮਿਊਨੀਕੇਸ਼ਨ ਦਾ, ਉਹਦੇ ਸੰਦਰਭ ਦੇ ਵਿੱਚ ਜਿਹੜੀ ਗੱਲਬਾਤ ਤੁਹਾਡੇ ਨਾਲ ਕਰ ਸਕਾਂ। ਕਿਸੇ ਵੀ ਬੋਲੀ ਦੇ ਜਿਉਂਦੇ ਰਹਿਣ ਦੇ ਮੁੱਖ ਤੌਰ ਤੇ ਚਾਰ ਕਾਰਨ ਜਿਹੜੇ ਗਿਣੇ ਜਾਂਦੇ ਨੇ, ਸਮਝੇ ਜਾਂਦੇ ਨੇ। ਨੰਬਰ 1 ਜਿਹੜਾ ਵਾ, ਬੋਲੀ ਜੀਵਨ ਵਿਵਹਾਰ ਦਾ ਹਿੱਸਾ ਹੋਵੇ, ਭਾਵ ਲੋਕ ਆਪਣੇ ਜਿਹੜੇ ਚਾਹਾਂ ਮੰਗਾਂ ਨੇ ਉਹਨਾਂ ਦਾ ਪ੍ਰਗਟਾਵਾ ਬੋਲੀ ਵਿੱਚ ਕਰਦੇ ਹੋਣ। ਨੰਬਰ 2, ਬੋਲੀ ਲੋਕਾਂ ਲਈ ਗਿਆਨ ਦਾ ਸਾਧਨ ਬਣੇ। ਬੋਲੀ ਲੋਕਾਂ ਲਈ ਕਲਿਆਣ ਦਾ ਸਾਧਨ ਬਣੇ। ਤੇ ਜਿਹੜੀ ਤੀਜੀ ਗੱਲ ਉਹ ਹੈਗੀ, ਰੁਜ਼ਗਾਰ ਵਪਾਰ ਪੱਧਰ ਤੱਕ ਲੋਕ ਸਭ ਕੁਝ ਬੋਲੀ ਦੇ ਵਿੱਚ ਕਰਨ। ਤੇ ਚੌਥੀ ਜਿਹੜੀ ਗੱਲ ਹੈ ਕਿ ਬੋਲੀ ਹਕੂਮਤ ਦੀ ਹੋਵੇ। ਇਹ ਜਿਹੜੀਆਂ ਚਾਰ ਗੱਲਾਂ ਨੇ, ਇਹ ਮੁੱਖ ਤੌਰ ਦੇ ਉੱਤੇ ਕਿਸੇ ਵੀ ਬੋਲੀ ਦੇ ਵਧਣ ਫੁੱਟਣ ਦੇ ਵਿੱਚ ਉਹ ਕਿੰਨੇ ਚਿਰ ਤੱਕ ਸਦੀਵੀ ਰਹੂਗੀ ਉਹਦੇ ਵਿੱਚ ਉਹਦੇ 'ਤੇ ਨਿਰਭਰ ਕਰਦਾ। ਪਰ ਮੈਂ ਗੱਲ ਆਪਣੀ ਸੰਖੇਪ ਕਰਨੀ ਚਾਹੁੰਦਾ, ਕਿਉਂਕਿ ਮੈਨੂੰ ਹੁਣੇ ਮੱਲੀ ਸਾਹਿਬ ਨੇ ਇਸ਼ਾਰਾ ਕੀਤਾ ਵੀ ਭਾਈ ਸਮੇਂ ਦੀ ਥੋੜ੍ਹੀ ਉਦਾਂ ਜੀ ਤਰਤੀਬ ਆ, ਤਾਂ ਮੈਂ ਕੋਸ਼ਿਸ਼ ਕਰੂੰਗਾ ਗੱਲ ਸਿੱਧੀ ਸਮੇਟਾਂ। ਦੇਖੋ ਜਿੱਥੋਂ ਤੱਕ ਤਾਂ ਹੈ ਵਿਵਹਾਰ ਦੇ ਵਿੱਚ ਬੋਲੀ ਦੀ ਗੱਲ, ਵਰਤਾਓ ਦੇ ਵਿੱਚ ਬੋਲੀ ਦੀ ਗੱਲ, ਜਦੋਂ ਆਪਾਂ ਜੀਵਨ ਜਾਂਚ ਬਦਲ ਜਾਂਦੀ ਆ ਤੇ ਬੋਲੀ ਉਹਦੇ ਨਾਲ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਗਈ ਹੈ। ਭਾਵ ਅਸੀਂ ਪੰਜਾਬ ਤੋਂ ਲੁਧਿਆਣੇ ਤੋਂ ਆਸਟ੍ਰੇਲੀਆ ਆ ਗਏ ਤਾਂ ਜੀਵਨ ਵਿਵਹਾਰ ਦੇ ਵਿੱਚ ਬੋਲੀ ਬਦਲ ਕਾਫੀ ਹੱਦ ਤੱਕ। ਸਾਡੀ ਜਾਣੀ ਕਿ ਇਤਰਾਜ਼ਦੀ ਆ ਕਿ ਪੰਜਾਬੀ ਬੋਲੀ ਹੈ ਜਿਹੜੀ, ਉਹਨੂੰ ਅਸੀਂ ਸਿਰਫ ਤੇ ਸਿਰਫ ਜੇ ਕਿਸੇ ਖੇਤਰ ਦੇ ਵਿੱਚ ਸਥਾਪਿਤ ਕਰ ਸਕੇ ਹਾਂ ਜਾਂ ਜਿੱਥੇ ਉਹਦੀ ਜਾਣੀ ਕਿ ਜਿਹੜੀ ਬਾਕੀ ਬੋਲੀਆਂ ਦੇ ਨਾਲ ਮੁਕਾਬਲਾ ਕਰ ਰਹੀ ਆ, ਉਹ ਸਿਰਫ ਤੇ ਸਿਰਫ ਮਨੋਰੰਜਨ ਦਾ ਖੇਤਰ। ਅੱਜ ਦੀ ਤਰੀਕ ਦੇ ਵਿੱਚ ਜਿਹੜਾ ਪੰਜਾਬੀ ਦਾ ਗੀਤ ਸੰਗੀਤ ਆ, ਉਹ ਬਾਲੀਵੁੱਡ ਦੇ ਵਿੱਚ ਤਾਂ ਸਰਦਾਰੀ ਕਰ ਰਹੀ ਹੈ, ਕਦੇ ਕਦੇ ਜਿਹੜੇ ਪੰਜਾਬੀ ਦੇ ਰੈਪਰ ਨੇ ਜਾਂ ਦੂਜੇ ਪੌਪ ਸਿੰਗਰ ਨੇ ਉਹ ਦੁਨਿਆਵੀ ਪੱਧਰ ਦੇ ਵੀ ਦਸਤਕ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਰਹੀ ਗੱਲ ਗਿਆਨ ਦੀ, ਗਿਆਨ ਦਾ ਹਿੱਸਾ ਅਸੀਂ ਸਾਡੀ ਬੋਲੀ ਨੂੰ ਨਹੀਂ ਬਣਾ ਸਕੇ। ਜਿਹੜਾ ਗਿਆਨ ਸਾਡੀ ਬੋਲੀ ਦੇ ਵਿੱਚ ਪਿਆਰ ਆ, ਚਾਹੇ ਉਹ ਬਾਬਾ ਸੇਖ ਫਰੀਦ ਵੱਲੋਂ ਆਇਆ ਚਾਹੇ ਗੁਰੂ ਨਾਨਕ ਸਾਹਿਬ ਵੱਲੋਂ ਆਇਆ, ਉਹਨੂੰ ਵੀ ਅਸੀਂ ਸਹਿਤ ਤੱਕ ਸੀਮਿਤ ਕਰਕੇ ਰੱਖਦੇ ਹਾਂ, ਗਿਆਨ ਤੱਕ ਨਹੀਂ ਲੈ ਕੇ ਗਏ। ਰਹੀ ਗੱਲ ਰੁਜ਼ਗਾਰ ਦਾ ਹਿੱਸਾ ਬਣਨ ਦੀ, ਵਪਾਰ ਦਾ, ਉਹ ਤਾਂ ਨਿਰਭਰ ਕਰਦਾ ਹੁੰਦਾ ਬਹੁਤ ਕੁਛ ਸਮੇਂ ਦੇ ਲੋਕਾਂ ਦੇ ਉੱਤੇ, ਸਮੇਂ ਦੀਆਂ ਸਰਕਾਰਾਂ ਦੇ ਉੱਤੇ। ਹੁਣ ਇੱਕ ਉਦਾਹਰਨ ਤੇ ਛੋਟੀ ਦੇ ਕੇ ਬਾਅਦ 'ਚ ਮੈਂ ਆਪਦਾ ਜਿਹੜਾ ਕੰਮ ਹੈ ਸਮੇਟਦਾ, ਕਿਉਂਕਿ ਜਿਸ ਜੋ ਮੈਂ ਲਿਖਿਆ ਵਾ ਉਹ ਮੱਲੀ ਸਾਹਿਬ ਨੂੰ ਭੇਜੂਗਾ, ਜੇ ਮੈਂ ਤਿਆਰ ਕੀਤਾ ਉਹ ਛਾਪੂਗਾ ਜ਼ਰੂਰ ਫੇਸਬੁੱਕ ਦੇ ਉੱਤੇ ਤੇ ਇਹਨਾਂ ਨੂੰ ਵੀ ਸਾਂਝਾ ਕਰੂੰਗਾ। ਉਦਾਹਰਨ ਦੇ ਤੌਰ ਦੇ ਉੱਤੇ ਦੇਵਨਾਗਰੀ ਲਿਪੀ ਹੈ ਜਿਹੜੀ,
ਉਹਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਵਿਕੀਪੀਡੀਆ ਦੇ ਸਰਚ ਮਾਰੋ 120 ਤੋਂ ਉੱਚੀ ਵੱਧ ਭਾਸ਼ਾਵਾਂ ਨੇ ਜਿਹੜੀਆਂ ਦੇਵਨਾਗਰੀ ਲਿਪੀ ਦੇ ਵਿੱਚ ਲਿਖੀਆਂ ਜਾ ਰਹੀਆਂ ਨੇ। ਕਹਿਣ ਤੋਂ ਭਾਵ ਦੇ ਵਿੱਚ ਕਿ 120 ਬੋਲੀਆਂ ਜਿਹੜੀਆਂ ਨੇ ਉਹ ਜਾਂ ਤਾਂ ਮਰਨ ਦੇ ਕਿਨਾਰੇ ਨੇ ਜਾਂ ਉਹ ਮਰਨ ਵਾਲ ਨੂੰ ਵੱਧ ਰਹੀਆਂ ਨੇ ਜਿਹੜੀਆਂ ਦੇਵਨਾਗਰੀ ਲਿਪੀ ਦੇ ਵਿੱਚ ਲਿਖੀਆਂ ਜਾ ਰਹੀਆਂ ਨੇ। ਕਿਸੇ ਵੀ ਬੋਲੀ ਦੇ ਵਿਕਾਸ ਦੇ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਉਹ ਬੋਲੀ ਜਿਹੜੀ ਆ ਆਪਦੀ ਮੂਲ ਲਿਪੀ ਦੇ ਵਿੱਚ ਲਿਖੀ ਜਾਵੇ। ਦੇਖੋ ਲਿਪੀਆਂ ਸਾਰੀਆਂ ਸਿੱਖਣੀਆਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ, ਖਾਸ ਕਰਕੇ ਸਾਡੇ ਲਈ ਜਿਹੜੇ ਪੰਜਾਬੀ ਭਾਈਚਾਰਾ ਬਹੁਤਾ ਲਹਿੰਦੇ ਪੰਜਾਬ 'ਚ ਵੱਸਦਾ, ਚੜ੍ਹਦੇ ਥੋੜ੍ਹਾ ਵੱਸਦਾ, ਇੱਥੇ ਸਾਡੇ ਲੋਕ ਆ ਜਿਹੜੇ ਉਹ ਸਭ ਮੁਖੀ ਲਿਖਦੇ, ਅਸੀਂ ਗੁਰਮੁਖ 'ਚ ਲਿਖਦੇ ਹਾਂ। ਇਹਨਾਂ ਦੋਨਾਂ ਦੇ ਵਿੱਚ ਜਿਸ ਤਰ੍ਹਾਂ ਗੱਲ ਸਾਰੇ ਸੱਜਣਾਂ ਨੇ ਕੀਤੀ, ਆਦਾਨ ਪ੍ਰਦਾਨ ਵਧਣਾ ਚਾਹੀਦਾ ਤਾਂ ਕਿ ਅਸੀਂ ਦੋਨੇ ਜਿਹੜੇ ਆ ਲਿਪੀਆਂ ਨੇ ਉਹਦੇ ਵਿੱਚ ਮਹਾਨ ਸਮਝ ਰੱਖੀਏ, ਪਰ ਗੁਰਮੁਖੀ ਦਾ ਜਿਹੜਾ ਮਹੱਤਵ ਪੰਜਾਬੀ ਦੇ ਵਿੱਚ ਆ ਉਹਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਆ ਕਿ ਜਦੋਂ ਆਪਾਂ ਅਨੁਵਾਦ ਕਰਦੇ ਹਾਂ ਅਨੁਵਾਦ ਦੇ ਨਾਲ ਜਿਹੜਾ ਸੁਨੇਹਾ ਵਾ ਉਹ ਮਰ ਜਾਂਦਾ ਤੇ ਪਵਿੱਤਰਤਾ ਦਾ ਕੋਈ ਅਨੁਵਾਦ ਨਹੀਂ ਹੁੰਦਾ। ਬਾਕੀ ਸਤਾ ਜਿਹੜੀ ਹੈ ਕਿਸੇ ਵੀ ਬੋਲੀ ਦੇ ਵਿੱਚ ਕਿਸ ਤਰ੍ਹਾਂ ਮਦਦਗਾਰ ਸਾਬਤ ਹੁੰਦੀ ਆ, ਅੱਜ ਦੀ ਤਰੀਕ 'ਚ ਗੂਗਲ 'ਤੇ ਸਰਚ ਮਾਰ ਕੇ ਦੇਖ ਲਿਓ ਹਿੰਦੀ ਦੇ ਵਿੱਚ ਕਿੰਨਾ ਕੁਛ ਤੁਹਾਨੂੰ ਮਿਲ ਜੂਗਾ, ਪੰਜਾਬੀ ਦੇ ਵਿੱਚ ਤੁਸੀਂ ਸਰਚ ਮਾਰੋਗੇ ਯੂਨੀਕੋਡ ਦੇ ਵਿੱਚ ਭੁੱਲ ਜਾ ਕੇ ਕਿੰਨਾ ਸੰਖੇਪ ਦੇ ਵਿੱਚ ਤੁਹਾਨੂੰ ਮਿਲਦਾ ਤੁਹਾਡੇ ਸਾਹਮਣੇ ਆ। ਉੱਥੇ ਸਰਕਾਰ ਦੀ ਬਹੁਤ ਵੱਡੀ ਹਮਾਇਤ ਆ ਦੇਵਨਾਗਰੀ ਨੂੰ ਵਿਕਸਿਤ ਕਰਨ ਦੇ ਵਿੱਚ, ਕਿਉਂਕਿ ਸਤਾ ਉਹਨਾਂ ਕੋਲੇ ਆ, ਉਹ ਤਾਂ ਜੇ ਦੱਖਣ ਵਾਲੇ ਦੱਖਣੀ ਭਾਸ਼ਾਵਾਂ ਦੇ ਜਿਹੜੇ ਪਹਿਰੇਦਾਰ ਨੇ ਉਹ ਉਹਨਾਂ ਨੂੰ ਟੱਕਰ ਨਾ ਦੇਣ, ਉਹ ਤਾਂ ਸਰਕਾਰੀ ਤੌਰ 'ਤੇ ਉਹਨੂੰ ਲਾਗੂ ਵੀ ਕਰ ਰਹੇ, ਉਹ ਸਿਰਫ ਤੇ ਸਿਰਫ ਜਿਹੜੇ ਦੱਖਣ ਵਾਲੇ ਕੋਲ ਸੁਚੇਤ ਨੇ ਉਹਨਾਂ ਨੇ ਉਹਨੂੰ ਰੋਕਿਆ ਹੋਇਆ ਵਾ। ਬਾਕੀ ਸਾਡੇ ਦੋਨਾਂ ਭਾਈਚਾਰਿਆਂ ਪੰਜਾਬਾਂ ਦੇ ਵਿੱਚ ਸਾਂਝ ਵਧਣੀ ਚਾਹੀਦੀ ਆ। ਅਸੀਂ ਅਰਦਾਸ ਕਰਦੇ ਪਰਮਾਤਮਾ ਅੱਗੇ ਅੱਲਾਹ ਅੱਗੇ ਕਿ ਚੜ੍ਹਦੇ ਤੇ ਰਹਿੰਦੇ ਪੰਜਾਬ ਦੀ ਸਰਹੱਦ ਆ ਜਿਹੜੀ ਉਸੇ ਤਰ੍ਹਾਂ ਟੁੱਟੇ ਜਿਸੇ ਵੀ ਤਰ੍ਹਾਂ ਉੱਤਰੀ ਤੇ ਪੱਛਮੀ ਜਰਮਨੀ ਦੀ ਟੁੱਟੀ ਆ, ਪੂਰਬੀ ਤੇ ਪੱਛਮੀ ਜਰਮਨੀ ਟੁੱਟੀ ਆ। ਗੁਸਤਾਖੀ ਦੀ ਮਾਫ਼ੀ, ਸਮਾਂ ਘੱਟ ਹੈ ਇਹਦੇ ਕਰਕੇ ਪੂਰੀ ਗੱਲ ਨਹੀਂ ਕਰ ਸਕਦਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਾਈ ਮੱਲੀ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਨਾਲ ਹਮੇਸ਼ਾ ਗੱਲ ਕਰਕੇ ਇੱਕ ਸਾਂਝ, ਇੱਕ ਨਿੱਘ, ਇੱਕ ਸੁਨੇਹ ਮਿਲਦਾ। ਸਾਰਿਆਂ ਦਾ ਬਹੁਤ ਬਹੁਤ ਸਤਿਕਾਰ, ਗੁਸਤਾਖੀ ਹੋਵੇ ਤਾਂ ਮਾਫ਼ੀ ਚਾਹੁੰਦਾ ਜੀ। ਅਦਾਬ ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।